ਸ੍ਰੀਕਾਲ ਵੈਲਕਮ ਬੈਕ ਇੱਕ ਹੋਰ ਘੈਂਟ ਜੀ ਵਲੌਗ ਤੇ ਅੱਜ ਦੀ ਵਲੌਗ ਬੜੀ ਡਿਮਾਂਡ ਸੀਗੀ ਕਿ ਦੁਬਈ ਤੋਂ ਕਿੱਦਾਂ ਤੁਸੀਂ ਭਾਜੀ ਆਏ ਹੈਗੇ ਆ ਕੈਨੇਡਾ ਤੇ ਪੂਰੀ ਗੱਲਬਾਤ ਕਰਾਂਗੇ ਨਾਲ ਹੈਗਾ ਆਪਣੇ ਮੱਟੀ ਤੇ ਨਾਲ ਸਾਡੇ ਜੋਤ ਭਾਜੀ ਆ ਜੋਤ ਭਾਈ ਹੈਲੋ ਕਰ ਦਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਇਹ ਵੀ ਬਾਈ ਆਪਣੇ ਦੁਬਈ ਤੋਂ ਆਏ ਨੇ ਤੇ ਇਹਨਾਂ ਦੀ ਉੱਥੇ ਆਪਣੀ ਗੱਡੀ ਸੀਗੀ ਟਰੱਕ ਸੀ ਆਪਣਾ ਤੇ ਸਾਰੀ ਗੱਲਬਾਤ ਕਰਾਂਗੇ ਠੀਕ ਹੈ ਤੇ ਹੁਣ ਆਪਾਂ ਜਾ ਰਹੇ ਹਾਂ ਵਾਕ ਤੇ ਮਾੜਾ ਮਾੜਾ ਮੀਂਹ ਪੈ ਰਿਹਾ ਸੀ ਤੇ ਫੇਸ ਕਰਕੇ ਆਪਾਂ ਛਤਰੀ ਰੱਖ ਲਈ ਨਾਲ ਤੇ ਤੁਸੀਂ ਮਾਹੌਲ ਦੇਖ ਸਕਦੇ ਹਾਂ ਸਵੇਰ ਦਾ ਦੇਖੋ ਸਰੀ 'ਚ ਘੁੰਮ ਰਹੇ ਹਾਂ ਆਪਾਂ ਤੇ ਸਾਡੇ ਚਾਚੇ ਨੇ ਜਾਣਾ ਸੀ ਕਲਾਸ ਬਣਾਉਣ ਮੈਂ ਕਿਹਾ ਵੀ ਵੀਡੀਓ ਦੀ ਡਿਮਾਂਡ ਬਹੁਤ ਆ ਰਹੀ ਆ ਪਹਿਲਾਂ ਵੀਡੀਓ ਬਣਾਵਾਂਗੇ ਬਾਅਦ 'ਚ ਚੱਲ ਜਿਓ ਤੁਸੀਂ ਕਲਾਸ ਲਾਉਣ ਹੁਣ ਪਹਿਲਾਂ ਆਪਾਂ ਥੋੜ੍ਹੀ ਵਾਕ ਕਰਾਂਗੇ ਇੱਥੇ ਪਾਰਕ ਆ ਉੱਥੇ ਜਾ ਕੇ ਚੰਗੀ ਤਰ੍ਹਾਂ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ ਉਹ ਮੱਟੀ ਓਏ ਇੱਧਰ ਦੇਖਦੇ ਰਹੇ ਭੈਣ ਭਾਈ ਡਰੀ ਨਾ ਕਹਿੰਦੇ ਹੈਲੋਵਨ ਬਣਾ ਰਹੇ ਆ ਉੱਧਰ ਵੀ ਆ ਆਉਂਦੇ ਭਰਾਵਾ ਅਗਲੇ ਘਰੋਂ ਨਿਕਲਣਗੇ ਲਓ ਜੀ ਪਾਰਕ 'ਚ ਪਹੁੰਚਣ ਲੱਗੇ ਹਾਂ ਆਇਆ ਜੀ ਪਾਰਕ ਵੈਲਕਮ ਕਰ ਰਹੇ ਆ ਸਾਡੇ ਵੈਲਕਮ ਟੂ ਯੋਰ ਪਾਰਕ ਅਤੇ ਜੋਤ ਭਾਅ ਜੀ ਹੁਣ ਦੇਖ ਲਓ ਕਿੱਥੇ ਬਹਿ ਕੇ ਬਣਾਉਣੀ ਆਪਾਂ ਵੀਡੀਓ ਜਿੱਥੇ ਸ਼ਾਂਤੀ ਜੀ ਹੋਵੇ ਉਹ ਏਰੀਆ ਸਹੀ ਲੱਗਦਾ ਜੀ ਕਿੱਥੇ ਉਹ ਸਾਹਮਣੇ ਚੱਲਦੇ ਹਾਂ ਸਾਹਮਣੇ ਚੱਲਦੇ ਹਾਂ ਬਹੁਤ ਸੋਹਣੀ ਪਾਰਕ ਆ ਸਾਡੇ ਘਰਾਂ ਦੇ ਕੋਲ ਇਹ ਹੁਣ ਡੌਗੀ ਕਿੰਨਾ ਸੋਹਣਾ ਲਓ ਜੀ ਪਾਰਕ 'ਚ ਆ ਗਏ ਹਾਂ ਅਤੇ ਹੁਣ ਇੱਥੇ ਬਹਿ ਕੇ ਰਿਲੈਕਸ ਹੋ ਕੇ ਵਧੀਆ ਹੁਣ ਗੱਲਬਾਤ ਕਰਦੇ ਹਾਂ ਆਪਾਂ ਅਤੇ ਮੇਰੇ ਕੋਲ ਜਿੱਦਾਂ ਦੁਬਈ ਦੇ ਵਿੱਚ 4 ਸਾਲ ਦਾ ਐਕਸਪੀਰੀਅੰਸ ਸੀਗਾ ਅਤੇ ਪਹਿਲਾਂ ਮੈਂ ਸ਼ਹਿਰ 'ਚ ਕੰਮ ਕਰਦਾ ਸੀਗਾ 2 ਸਾਲ ਉੱਥੇ ਕੰਮ ਕੀਤਾ ਫਿਰ ਮੈਂ ਉਹ ਤੋਂ ਬਾਅਦ ਆਪਣੇ ਫਿਰ ਮੈਂ ਅਜਮਾਨ ਦੇ ਵਿੱਚ ਕੰਮ ਕੀਤਾ ਅਤੇ ਪਹਿਲਾਂ ਮੈਂ ਲਾਇਆ ਜਿੱਦਾਂ ਕੈਨੇਡਾ ਦਾ ਅਤੇ ਪਹਿਲਾਂ ਰਿਜੈਕਟ ਹੋ ਗਿਆ ਉਹਦੀ ਵਜ੍ਹਾ ਇਹ ਸੀਗੀ ਮੈਂ ਉੱਥੋਂ ਕੈਂਸਲ ਚਲ ਗਿਆ ਸੀਗਾ ਦੁਬਈ ਤੋਂ ਵੀਜ਼ਾ ਕੱਟ ਕਰ ਦਿੱਤਾ ਇਹ ਅਤੇ ਜਦੋਂ ਵੀ ਕਿਸੇ ਨੇ ਫਾਈਲ ਲਾਉਣੀ ਆ ਵੀਜ਼ਾ ਜਿਹੜਾ ਆ ਤੁਸੀਂ ਔਨ ਜੋਬ ਹੋਣੇ ਚਾਹੀਦੇ ਆ ਵੀਜ਼ਾ ਜਿਹੜਾ ਉਹ ਟਰੱਕ ਡਰਾਈਵਰ ਦਾ ਹੋਣਾ ਚਾਹੀਦਾ ਆ ਤੁਹਾਡੇ ਕੋਲ ਜਿੰਨਾ ਵੀ ਐਕਸਪੀਰੀਅੰਸ ਆ ਉਹ ਟਰੱਕ ਡਰਾਈਵਰ ਦਾ ਹੀ ਹੋਣਾ ਚਾਹੀਦਾ ਆ ਅਤੇ ਕੰਪਨੀ ਤੋਂ ਤੁਸੀਂ ਪੇ ਸਲਿੱਪਾਂ ਵਗੈਰਾ ਲੈ ਕੇ ਰੱਖੋ ਠੀਕ ਹੈ ਅਤੇ ਬੈਸਟ ਮੈਂ ਕਹਿੰਦਾ ਇਹੀ ਆ ਕਿਉਂਕਿ ਮੈਂ ਵੀ ADCB ਦੇ ਵਿੱਚ ਅਕਾਊਂਟ ਖੁਲਾਇਆ ਸੀਗਾ ਅਤੇ ਜਿਹੜੀ ਵੀ ਮੇਰੀ ਸੈਲਰੀ ਆਉਂਦੀ ਸੀ ਅਤੇ ਉਹਦੇ ਵਿੱਚ ਹੀ ਸੀਗਾ ਮੇਰਾ ਸਾਰਾ ਹੈ ਨਾ ਉਹਦੇ ਨਾਲ ਇਹ ਆ ਵੀ ਤੁਹਾਡੀ ਇੱਕ ਸ਼ੋਰਟੀ ਹੋ ਜਾਂਦੀ ਹੈ ਵੀਜ਼ੇ ਦੀ ਹੋਰ ਜ਼ਿਆਦਾ ਅਤੇ ਆਈਲੈਟਸ 'ਚੋਂ ਮੇਰੇ 6 ਬੈਂਡ ਸੀਗੇ ਅਤੇ ਉਸ ਤੋਂ ਬਾਅਦ ਗੱਲ ਕਰੀਏ ਜੇ ਇੰਡੀਆ ਦੇ ਡਾਕੂਮੈਂਟ ਕਿਹੜੇ ਕਿਹੜੇ ਲੱਗਣੇ ਆ ਇੰਡੀਆ ਦੇ ਡਾਕੂਮੈਂਟ ਸਭ ਤੋਂ ਪਹਿਲਾਂ ਤੁਹਾਡੀ PCC ਇੰਡੀਆ ਦੀ ਡੇਟ ਆਫ ਬਰਥ ਦਾ ਸਰਟੀਫਿਕੇਟ ਅਤੇ ਉਸ ਤੋਂ ਬਾਅਦ ਫਿਰ ਤੁਹਾਡਾ ਫਾਈਨੈਂਸ਼ੀਅਲੀ ਹਾਂ ਮੇਰੇ ਅਕਾਊਂਟ ਦੇ ਵਿੱਚ ਮੈਂ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ 6.5 ਲੱਖ ਯਾਨੀ ਕਿ ਸ਼ੋਅ ਕੀਤਾ ਸੀਗਾ ਅਤੇ ਉਸ ਤੋਂ ਬਾਅਦ ਕਿਸੇ CA ਦੇ ਉੱਤੋਂ CA ਕੋਲ ਜਾਵੋ ਉਹਦੇ ਕੋਲ ਆਪਣੀ ਜਿਹੜੀ ਪ੍ਰੋਪਰਟੀ ਆ ਤੁਹਾਡੇ ਕੋਲ ਕਿੰਨੀ ਮਨੀ ਹੈਗੀ ਆ ਫਿਰ ਤੁਹਾਡੇ ਕੋਲ ਸੋਨਾ ਕਿੰਨਾ ਪਿਆ ਹੈਗਾ ਸਾਰਾ ਹੈ ਨਾ ਉਹ ਸਾਰਾ ਵੈਲੂਏਸ਼ਨ ਕਰਕੇ ਅਤੇ ਇੱਕ ਬਣਾ ਦਿੰਦਾ ਰਿਪੋਰਟ ਬਣਾ ਦਿੰਦਾ ਆ ਉਹ ਲੱਗ ਜਾਂਦੀ ਆ ਨਾਲ ਉਸ ਤੋਂ ਬਾਅਦ ਤੁਹਾਡੀ ਐਜੂਕੇਸ਼ਨ ਜਿਹਨੇ ਵੀ ਅਪਲਾਈ ਕਰਨਾ ਆ +2 ਤੋਂ ਘੱਟ ਨਹੀਂ ਹੋਣਾ ਚਾਹੀਦਾ +2 ਮਤਲਬ ਮਸਟ ਵਾ ਅਤੇ ਫਿਰ ਮੈਂ ਉਸ ਤੋਂ ਬਾਅਦ ਗੱਲ ਕਰਾਂ ਆਪਣੇ ਦੁਬਈ ਦੇ ਡਾਕੂਮੈਂਟ ਦੁਬਈ 'ਚੋਂ ਮੈਂ ਜਿਹੜੀ ਮੈਂ ਕੰਪਨੀ 'ਚ ਕੰਮ ਕਰਦਾ ਸੀ ਉੱਥੋਂ ਇੱਕ ਲੈਟਰ ਲਿਆ ਉਹਨਾਂ ਦੇ ਲੈਟਰ ਪੈਡ 'ਤੇ ਕਿ ਆਹ ਬੰਦਾ ਸਾਡੇ ਕੋਲ ਕੰਮ ਕਰ ਰਿਹਾ ਆ ਇੰਨੇ ਚਿਰ ਤੋਂ ਕੰਮ ਕਰ ਰਿਹਾ ਇੰਨਾ ਇਹਦਾ ਐਕਸਪੀਰੀਅੰਸ ਹੈਗਾ ਆ ਅਤੇ ਇੱਕ ਸੈਲਰੀ ਸਰਟੀਫਿਕੇਟ ਵੀ ਲੈਣਾ ਪੈਂਦਾ ਵੀ ਕਿੰਨੀ ਸੈਲਰੀ ਦੇ ਰਹੇ ਆ ਹੈ ਨਾ ਓਵਰ ਟਾਈਮ ਵਗੈਰਾ ਸਾਰਾ ਕੁਝ ਲਿਖਾ ਲਓ ਵਿੱਚ ਅਕੋਮੋਡੇਸ਼ਨ ਵਗੈਰਾ ਉਹ ਕੰਪਨੀ ਪੇ ਕਰਦੀ ਆ ਹੈ ਨਾ ਉਹ ਅਕੋਮੋਡੇਸ਼ਨ ਦੇ ਪੈਸੇ ਕਿ ਕਿੱਦਾਂ ਹੈਗੇ ਤੁਸੀਂ ਕਰ ਰਹੇ ਹੋ ਹੈ ਨਾ ਸਾਰਾ ਲਿਖਾ ਲਓ ਉਹਦੇ ਵਿੱਚ ਲੈਟਰ ਪੈਡ ਦੇ ਵਿੱਚ ਅਤੇ ਉਸ ਤੋਂ ਬਾਅਦ ਦੁਬਈ ਦੀ PCC ਉਹ ਜ਼ਰੂਰੀ ਆ ਅਤੇ ਇੱਕ ਆਪਣੇ ਲਾਈਸੈਂਸ ਦਾ ਐਕਸਟ੍ਰੈਕਟ ਲੈਟਰ ਕਿ ਲਾਈਸੈਂਸ ਦੇ ਉੱਤੇ ਕੋਈ ਵੀ ਤੁਹਾਡਾ ਯਾਨੀ ਕਿ ਫਾਈਨ ਨਹੀਂ ਹੋਣਾ ਚਾਹੀਦਾ ਹੈ ਨਾ ਤੁਹਾਡਾ ਲਾਈਸੈਂਸ ਜਿਹੜਾ ਉਹ ਨੀਟ ਐਂਡ ਕਲੀਨ ਹੋਣਾ ਚਾਹੀਦਾ ਆ ਇਹ ਸਾਰੇ ਡਾਕੂਮੈਂਟ ਤੁਸੀਂ ਇਕੱਠੇ ਕਰਕੇ ਤੁਸੀਂ ਇੱਥੋਂ LMI ਲਓ ਆਪਣੇ ਕੈਨੇਡਾ 'ਚੋਂ ਕਿਸੇ ਟਰਾਂਸਪੋਰਟ 'ਚ ਲੈ ਕੇ ਅਤੇ ਫਿਰ ਆਪਣੇ ਜਿਹੜੇ ਡਾਕੂਮੈਂਟ ਆ ਤੁਸੀਂ ਅੰਬੈਸੀ ਸਬਮਿਟ ਕਰ ਸਕਦੇ ਹਾਂ ਅਤੇ ਨਾਲ ਜੇ ਘਰਦਿਆਂ ਦੇ ਅਕਾਊਂਟ ਦੇ ਵਿੱਚ ਪੈਸੇ ਹੈਗੇ ਆ ਨਾ ਉਹ ਵਧੀਆ ਆ ਵੀ ਤੁਸੀਂ ਨਾਲ ਲਾਓ ਹੈ ਨਾ ਉਹਨਾਂ ਦਾ ਵੀ ਬੈਂਕ ਅਕਾਊਂਟ ਲਾਓ ਨਾਲ ਅਤੇ ਇੱਕ ਕਚਹਿਰੀਆਂ ਤੋਂ ਜਿਹੜੇ ਹੈਗੇ ਆ ਉਹ
एक सपोर्टिंग डाकूमेंट बनता है घरदियां तरफों है ना वो लाओ नाल। तो बाकी आप हूँ गल करते हैं जिड़ा कि दुबई के जिन्हें अपनी गड्डी पाई है जिदा मैं तो किसी कंपनी काम करता सगा तो मैं हूँ इधर अपने जोत भाई ने पुछूंगा इन्होंने अपनी उत्थे दुबई के ट्रक पाया सगा अपना तो हूँ भाजी ने गलबात करते हैं भाजी कि ट्रांसपोर्ट भी तो अपना ट्रक से कैपीटल ट्रांसपोर्ट के जी तो अपने जोत भाई जी उन्होंने गड्डी सी कैपीटल ट्रांसपोर्ट के भाजी किन्ने बैन से आइलट चो मेरे 5.5 सी जी किसी भी मड्यूल के घट नहीं होने चाहिए किसी भी बंद तो अपने हूँ जिदा हूँ किसी भी बंद ने उत्थे ट्रक पाया जिदा अपना है ना वो ट्रांसपोर्ट तो कि डाकूमेंट लवे वो तो जी उन्हों का ट्रांसपोर्ट नाल करार हों उन्होंने को सारी इनफॉर्मेशन होंगी वो सैलरी स्लिपा दे देंगे है ट्रांसपोर्टर जी सैलरी आँगी बैंक अकाउंट चाहती जो नहीं जी वो बैंक अकाउंट चाहती सी उन्होंने को सारी डिटेल सी उन्होंने मैंने सैलरी स्लिपा दिखाई वधिया हरेक डॉक्यूमेंट जो उन्होंने देना एक सैलरी स्लिपा दिखाई होर डॉक्यूमेंट लिया एक्सपीरियंस लैटर लिता जी ट्रांसपोर्ट तो ट्रांसपोर्ट तो ये भी उन्होंने दसिया लिखा कि बिच भी ना ये बंदा फलानी गड्डी का मालिक है अपना नहीं गड्डी का कोई उस विरबा नहीं होंगे जी ये सिर्फ भी साडा एम्पलॉय है तो अच्छा साढ़े को काम करता दैट्स ऑल अच्छा मतलब उसके बीच तुम मेंशन नहीं किया मेरी गड्डी ट्रांसपोर्ट गड्डी तो जी उन्होंने अंडर ही चलनी है हाँ गड्डी ट्रांसपोर्ट के अंडर चलनी है ना हाँ जी गड्डी का बच्चे कोई मसला नहीं अच्छा वो नहीं तो शो किया भी मेरी गड्डी है नहीं 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 वो कोई रौला ही नहीं है जी वो तो आप उन्होंने अंडर ही काम करते हैं हाँ वीजा तुम उतो लिया ही ना कैपीटल कैपीटल ट्रांसपोर्ट का ठीक है कफाल तो भी भरते होने हाँ जी ठीक है ठीक तो फिर जो तुम इधर आ गए तो फिर गड्डी बेच के आए हाँ जी बिल्कुल ਠੀਕ ਆ ਅਤੇ ਹੋਰ ਜਿੱਦਾਂ ਹੁਣ ਤੁਸੀਂ ਉੱਥੇ ਮੈਰਿਡ ਹੈਗੇ ਤੁਹਾਡੇ ਫਿਰ ਫੈਮਿਲੀ ਦੇ ਡਾਕੂਮੈਂਟ ਕਿਹੜੇ ਕਿਹੜੇ ਲੱਗੇ ਸੀ ਜਦੋਂ ਤੁਸੀਂ ਮੈਰਿਡ ਆ ਫੈਮਿਲੀ ਦੇ ਜੀ ਜੋ ਵੀ ਆਪਣਾ ਸਪਾਊਸ ਮੈਰਿਜ ਸਰਟੀਫਿਕੇਟ ਹੁੰਦਾ ਜੀ ਇੱਕ ਬੱਚਿਆਂ ਦੇ ਲੀਗਲ ਡਾਕੂਮੈਂਟ ਹੁੰਦੇ ਆ ਜਿਵੇਂ ਆਪਣੇ ਆਧਾਰ ਕਾਰਡ ਬਣਦਾ ਮੈਡਮ ਦਾ ਪੈਨ ਕਾਰਡ ਹੋ ਗਿਆ ਬੈਂਕ ਸਟੇਟਮੈਂਟਸ ਹੋ ਗਈਆਂ ਅਤੇ ਬੱਚਿਆਂ ਦੇ ਸਕੂਲ ਸਰਟੀਫਿਕੇਟਸ ਹੋ ਗਏ ਬਰਥ ਸਰਟੀਫਿਕੇਟਸ ਹੋ ਗਏ ਅੱਛਾ ਇਹ ਲੱਗਦੇ ਨਾਲ ਇਹ ਲੱਗਦੇ ਜੀ ਠੀਕ ਹੈ ਅਤੇ ਆਪਣੇ ਘਰਦਿਆਂ ਦੇ ਫਾਦਰ ਮਦਰ ਦੇ ਵੀ ਲੱਗੇ ਹੋਣੇ ਹਾਂਜੀ ਬੈਂਕ ਬੈਂਕ ਸਟੇਟਮੈਂਟ ਉਹਨਾਂ ਦੇ ਵੀ ਲੱਗਿਆ ਮੇਰੇ ਫਾਦਰ ਮਦਰ ਇੰਪਲਾਈ ਸੀ ਪੈਨਸ਼ਨ ਉਹਨਾਂ ਦਾ ਵੀ ਪੈਨਸ਼ਨ ਦੀਆਂ ਜਿਹੜੀਆਂ ਪਾਸਬੁੱਕਸ ਉਹ ਲੱਗੀਆਂ ਨੇ ਪੈਨਸ਼ਨ ਦੀ ਵੀ ਲੱਗੀ ਨਾਲ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਆਹੋ ਜੇ ਆਪਣੇ ਕਿਸੇ ਦਾ ਘਰਦੇ ਜਿੱਦਾਂ ਡੈਡੀ ਮੰਮੀ ਆ ਉਹ ਗਵਰਨਮੈਂਟ ਜੋਬ ਕਰਦੇ ਆ ਤੁਸੀਂ ਆਈਟੀਆਰ ਉਹਨਾਂ ਦੀ ਲਾ ਸਕਦੇ ਆ ਹਨਾ ਨਾਲ ਉਹ ਸੌਖਾ ਹੋ ਜਾਂਦਾ ਹੈਗਾ ਉਹਨਾਂ ਦੀ ਡਿਟੇਲ ਵਧੀਆ ਬਣ ਜਾਂਦੀ ਹੈ ਹਾਂ ਜਿੱਦਾਂ ਹੁਣ ਮੇਰੇ ਡੈਡੀ ਸੀਗੇ ਜਿੱਦਾਂ ਆਪਣੇ ਗਵਰਨਮੈਂਟ ਇੰਪਲੋਏ ਮੇਰੇ ਵੀ ਆਈਟੀਆਰ ਡੈਡੀ ਹੁਣਾਂ ਦੀ ਲੱਗੀਆਂ ਸੀਗੀਆਂ ਉਹ ਵਧੀਆ ਹੋ ਜਾਂਦਾ ਇੱਕ ਫਾਈਨੈਂਸ਼ਲੀ ਤੁਸੀਂ ਉਹਨਾਂ ਨੂੰ ਸਾਬਤ ਕਰ ਸਕਦੇ ਕਿ ਹਾਂ ਬੰਦਾ ਫਾਈਨੈਂਸ਼ਲੀ ਤਕੜਾ ਆ ਵੀ ਹਾਂ ਇਹ ਸਰਵਾਈਵ ਕਰ ਸਕਦਾ ਈਜ਼ੀਲੀ ਉੱਥੋਂ ਜਦੋਂ ਆਪਾਂ ਆਉਣੇ ਹਾਂ ਜੀ ਹਾਂਜੀ ਮੈਂ ਜਿਵੇਂ ਹੁਣ ਮੇਰਾ ਫਜੀਰੇ ਦਾ ਲਾਇਸੈਂਸ ਸੀਗਾ ਲੇਕਿਨ ਮੈਂ ਆਪਣੀ ਆਬੂ ਧਾਬੀ ਦੇ ਵਿੱਚੋਂ ਹੀ ਆਪਣੀ ਸਾਰੀ ਮਤਲਬ ਡਿਟੇਲ ਸੀਗੀ ਪੀ ਸੀ ਸੀ ਵਗੈਰਾ ਸੀ ਉਹ ਸਕੂਲ 'ਚੋਂ ਉੱਥੋਂ ਹੀ ਕਢਾ ਸਕਦੇ ਹਾਂ ਇਹ ਕੋਈ ਐਂ ਨਹੀਂ ਹੈਗਾ ਵੀ ਜੇ ਆਪਾਂ ਹੁਣ ਦੁਬਈ 'ਚੋਂ ਲਾਇਸੈਂਸ ਬਣਾਇਆ ਜਾਂ ਆਪਾਂ ਫਜੀਰੇ ਤੋਂ ਲਾਇਸੈਂਸ ਬਣਾਇਆ ਵੀ ਉੱਥੇ ਜਾ ਕੇ ਹੀ ਆਪਾਂ ਨੂੰ ਮਰੂਰ 'ਚੋਂ ਕੰਮ ਕਰਾਉਣਾ ਪਊਗਾ ਨਹੀਂ ਨਹੀਂ ਇਹ ਇੱਦਾਂ ਹੈ ਵੀ ਜਿੱਥੇ ਤੁਹਾਡਾ ਵੀਜ਼ਾ ਲੱਗਾ ਆ ਜਿੱਦਾਂ ਹੁਣ ਮੇਰਾ ਵੀਜ਼ਾ ਲੱਗਾ ਸੀ ਅਜਮਾਨ ਦੇ ਵਿੱਚ ਪਹਿਲਾਂ ਮੇਰਾ ਵੀਜ਼ਾ ਲੱਗਾ ਸੀਗਾ ਸ਼ਾਰਜੇ ਲਵਾਇਆ ਹੈ ਨਾ ਫਿਰ ਪਹਿਲਾਂ ਜਦੋਂ ਮੈਂ ਫਾਈਲ ਲਾਈ ਸੀ ਅਤੇ ਸ਼ਾਰਜੇ ਦੀ ਮਰੂਰ ਦੇ ਵਿੱਚ ਜਾ ਕੇ ਪੁਲਿਸ ਸਟੇਸ਼ਨ ਜਾ ਕੇ ਉੱਥੋਂ ਸਾਰੇ ਡਾਕੂਮੈਂਟ ਲਏ ਸੀਗੇ ਹੈ ਨਾ ਫਿਰ ਜਦੋਂ ਮੇਰਾ ਵੀਜ਼ਾ ਦੂਸਰੀ ਕੰਪਨੀ ਸੀਗਾ ਅਜਮਾਨ ਦੇ ਵਿੱਚ ਲਵਾਇਆ ਉਦੋਂ ਫਿਰ ਮੈਂ ਸਾਰੇ ਡਾਕੂਮੈਂਟ ਜਾ ਕੇ ਉੱਥੋਂ ਲਏ ਸੀਗੇ ਅਜਮਾਨ ਦੇ ਪੁਲਿਸ ਸਟੇਸ਼ਨ ਤੋਂ ਅਤੇ ਹੋਰ ਗੱਲਬਾਤ ਕੋਈ ਰਹਿ ਗਈ ਹੋਰ ਬਸ ਇਹਦੇ 'ਚੋਂ 3 ਡਾਕੂਮੈਂਟ ਹੀ ਲੈਣੇ ਹੁੰਦੇ ਆ ਜੀ ਆਪਾਂ ਇੱਕ ਪੀ ਸੀ ਸੀ ਹੋ ਗਈ ਇੱਕ ਆਪਣਾ ਫਾਈਨ ਕਲੀਅਰੈਂਸ ਹੋ ਗਈ ਲਾਇਸੈਂਸ ਦਾ ਲਾਇਸੈਂਸ ਦੀ ਕਲੀਅਰੈਂਸ ਲਾਇਸੈਂਸ ਜਦੋਂ ਵੀ ਤੁਸੀਂ ਕੈਨੇਡਾ ਨੂੰ ਆਉਣਾ ਆ ਲਾਇਸੈਂਸ ਦਾ ਐਕਸਟ੍ਰੈਕਟ ਜ਼ਰੂਰ ਲੈ ਕੇ ਆਓ ਨਾਲ ਹੈ ਨਾ ਆਪਣੇ ਇੰਡੀਆ ਦਾ ਵੀ ਲੈ ਕੇ ਆਓ ਨਾਲ ਅਤੇ ਇੱਥੇ ਦਾ ਆਪਣੇ ਦੁਬਈ ਦਾ ਵੀ ਲੈ ਉਹ ਇੰਡੀਆ ਦਾ ਤੁਸੀਂ ਆਪਣੇ ਐਕਸਟ੍ਰੈਕਟ ਦਾ ਇਹ ਤੁਹਾਡਾ ਫਾਇਦਾ ਹੋ ਜਾਂਦਾ ਜੇ ਤੁਹਾਡੇ ਕੋਲ ਹੈਗਾ ਲਾਇਸੈਂਸ ਤਾਂ ਜਿਹੜੀ ਇੰਸ਼ੋਰੈਂਸ ਆ ਕਾਰ ਦੀ ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਆ ਦੁਬਈ ਦਾ ਵੀ ਅਤੇ ਉਹਦਾ ਵੀ ਤਾਂ ਤੁਹਾਡੀ ਇੰਸ਼ੋਰੈਂਸ 220 ਉੱਦਾਂ ਦਿੰਦੇ ਆ ਇੱਥੇ ਸਟੂਡੈਂਟ ਜੇ ਤੁਹਾਡੇ ਕੋਲ ਐਕਸਪੀਰੀਅੰਸ ਆ ਤਾਂ ਫਿਰ ਤੁਹਾਡੀ ਜਿਹੜੀ ਇੰਸ਼ੋਰੈਂਸ ਆ ਉਹ 150 ਦੇ ਲਾਗੇ ਛਾਗੇ 140 ਇੱਦਾਂ ਬਣ ਜਾਂਦੀ ਮਤਲਬ ਬੈਨੀਫਿਟ ਹੁੰਦਾ $100 ਵੱਜ ਜਾਂਦੇ ਆ ਉਹਦੇ ਪਿੱਛੇ ਬਾਕੀ ਜੀ ਆਪਣਾ ਇੱਕ ਜਿਹੜਾ ਵੈਲਿਡ ਵੀਜ਼ਾ ਹੋਣਾ ਚਾਹੀਦਾ ਇਹਦਾ ਇੱਕ ਮਤਲਬ ਜਦੋਂ ਆਪਾਂ ਫਾਈਲ ਲਾਉਣੀ ਹੈ ਆਪਣਾ ਕੋਈ ਕਈ ਬੰਦੇ ਕੀ ਕਰਦੇ ਇੰਡੀਆ ਚਲੇ ਜਾਂਦੇ ਨੇ ਜਦੋਂ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਜਾਂਦਾ ਤਾਂ ਉੱਥੋਂ ਜਾ ਕੇ ਫਾਈਲ ਲਾਉਂਦੇ ਆਪਦੀ ਵੀਜ਼ਾ ਰਿਜੈਕਟ ਕਰ ਦਿੰਦੇ ਆ ਜੇ ਆਪਣੇ ਕੋਲ ਕਰੰਟ ਵੀਜ਼ਾ ਹੋਊਗਾ ਮਤਲਬ ਔਨ ਜੋਬ ਹੋ ਕੇ ਤੁਸੀਂ ਵੀਜ਼ਾ ਅਪਲਾਈ ਕਰੋ ਕੈਨੇਡਾ ਦਾ ਠੀਕ ਨਹੀਂ ਸਭ ਅਤੇ ਹਾਂ ਕਦੀ ਵੀ ਤੁਹਾਡਾ ਵੀਜ਼ਾ ਜਦੋਂ ਆਪਣੀ ਕੈਨੇਡਾ ਦੀ ਤੁਸੀਂ ਫਾਈਲ ਲਾਉਣੀ ਆ ਤੁਹਾਡਾ ਜਿਹੜਾ ਵੀਜ਼ਾ ਆ ਉਹ ਮਤਲਬ 2 ਮਹੀਨੇ ਜਾਂ 1 ਮਹੀਨੇ ਨਹੀਂ ਰਹਿਣਾ ਚਾਹੀਦਾ ਘੱਟੋ ਘੱਟ ਤੁਹਾਡੀ ਜਿਹੜੀ ਉਹ ਵੀਜ਼ੇ ਦੀ ਵੈਲਿਡਿਟੀ ਆ ਉਹ 6 ਮਹੀਨੇ ਤੱਕ ਹੋਣੀ ਚਾਹੀਦੀ ਹੈ
ਜਦੋਂ ਵੀ ਤੁਸੀਂ ਮਤਲਬ ਫਾਈਲ ਅਪਲਾਈ ਕਰਨੀ ਆ ਜੇ ਤੁਹਾਡੀ ਇੰਨੀ ਨਹੀਂ ਹੈਗੀ ਤੁਸੀਂ ਦੁਬਾਰਾ ਰੀਨਿਊ ਕਰੋ ਵੀਜ਼ਾ ਫਿਰ ਅਪਲਾਈ ਕਰੋ ਅਤੇ ਨਹੀਂ ਤਾਂ ਰਿਜੈਕਸ਼ਨ ਦੇ ਚਾਂਸ ਬਹੁਤ ਹੁੰਦੇ ਆ ਹੋਰ ਚਾਚਾ ਕੋਈ ਭਾਅ ਜੀ ਇਨਫੋਰਮੇਸ਼ਨ ਬਸ ਠੀਕ ਹੈ ਜੀ ਹੋਰ ਤਾਂ ਅਤੇ ਬਾਕੀ ਜੇ ਨੀਡਫੁੱਲ ਹੋਊਗਾ ਤੁਸੀਂ ਸਰੋ ਭਾਅ ਜੀ ਨਾਲ ਕੰਟੈਕਟ ਕਰ ਸਕਦੇ ਹੋ ਹਾਂ ਜਿਹੜੀ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਆ ਮੇਰੇ ਇੰਸਟਾਗ੍ਰਾਮ 'ਤੇ ਤੁਸੀਂ ਮੈਨੂੰ ਮੈਸੇਜ ਕਰ ਲਓ ਮੈਂ ਤੁਹਾਨੂੰ ਹੈਲਪ ਕਰੂੰਗਾ ਨਾ ਕੋਈ ਵੀ ਡਾਕੂਮੈਂਟ ਰਿਲੇਟਡ ਹੋਵੇ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਹੈ ਨਾ ਆਪਾਂ ਤੁਹਾਡੀ ਹੈਲਪ ਜ਼ਰੂਰ ਕਰਾਂਗੇ ਅਤੇ ਵੀਡੀਓ ਦੀ ਫਿਰ ਐਂਡਿੰਗ ਕਰੀਏ ਹੁਣ ਹਾਂਜੀ ਹਾਂਜੀ ਅਤੇ ਆਪਣੇ ਜਿਹੜੇ ਹੈਗੇ ਆ ਇੱਕ ਵਾਰ ਗੱਲ ਹੋਰ ਆ ਜਿੱਦਾਂ ਆਪਣੇ ਜਿਹੜੇ ਰਿਲੇਸ਼ਨ ਆ ਆਪਣੇ ਰਬਾਬ ਨੇ ਦੁਬਈ 'ਚ ਵਿੱਚ ਰਬਾਬ ਕਹਿੰਦੇ ਅਤੇ ਉੱਦਾਂ ਮੈਂ ਕਹਿ ਦਿੰਦਾ ਓਨਰ ਜਿਹੜਾ ਕੰਪਨੀ ਦਾ ਓਨਰ ਆ ਉਹਦੇ ਨਾਲ ਵਧੀਆ ਬਣਾ ਕੇ ਰੱਖੋ ਕਿਉਂਕਿ ਜੇ ਤੁਸੀਂ ਸੋਚਿਆ ਵੀ ਮੈਂ ਕੈਨੇਡਾ ਆਉਣਾ ਆ ਹੈ ਨਾ ਅਤੇ ਉਹਦੇ ਨਾਲ ਰਿਲੇਸ਼ਨ ਤੁਹਾਡੇ ਚੰਗੇ ਹੋਣਗੇ ਫਿਰ ਹੀ ਤੁਹਾਨੂੰ ਡਾਕੂਮੈਂਟ ਪ੍ਰੋਵਾਈਡ ਕਰੂਗਾ ਨਹੀਂ ਤਾਂ ਦੁਬਈ ਦੇ ਵਿੱਚ ਤਾਂ ਪਾਸਪੋਰਟ ਰੱਖ ਲੈਂਦੇ ਹੋ ਅਤੇ ਜੇ ਕੋਈ ਡਾਕੂਮੈਂਟ ਮੰਗੋ ਤਾਂ ਅਗਲੇ ਕਹਿੰਦੇ ਨਹੀਂ ਜੀ ਅਸੀਂ ਨਹੀਂ ਦੇ ਸਕਦੇ ਹੈ ਨਾ ਜੇ ਤੁਹਾਡੇ ਰਿਲੇਸ਼ਨ ਚੰਗੇ ਆ ਬੰਦੇ ਦੇ ਨਾਲ ਹੈ ਨਾ ਗੁੱਡ ਆ ਅਤੇ ਅਗਲਾ ਬੰਦਾ ਤੁਹਾਨੂੰ ਹੈਜੀਟੇਟ ਨਹੀਂ ਕਰੂਗਾ ਕਿ ਆਹ ਡਾਕੂਮੈਂਟ ਨਹੀਂ ਦੇਣਾ ਪੈਂਦਾ ਉਹ ਹੱਸ ਕੇ ਤੁਹਾਨੂੰ ਦੇ ਦੂਗਾ ਲੈ ਵੀ ਤੈਨੂੰ ਆਹ ਡਾਕੂਮੈਂਟ ਚਾਹੀਦਾ ਲੈ ਲਾ ਸੋ ਇਸ ਕਰਕੇ ਆਪਣੇ ਰਿਲੇਸ਼ਨ ਵਧੀਆ ਰੱਖੋ ਅਤੇ ਫਿਰ ਵੀਡੀਓ ਨੂੰ ਇੱਥੇ ਕਰਦੇ ਹਾਂ ਖਤਮ ਆਪਾਂ ਅਤੇ ਜੇ ਕੋਈ ਵੀ ਕੁਐਸਚਨ ਹੋਊਗਾ ਤੁਹਾਡਾ ਤਾਂ ਤੁਸੀਂ ਮੈਨੂੰ DM ਕਰ ਦਿਓ ਇੰਸਟਾਗ੍ਰਾਮ 'ਤੇ ਸਟੇ ਟਿਊਨ SP ਬਲੌਗ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਲਵ ਜੋਲ ਟੇਕ ਕੇਅਰ ਬਾਏ ਬਾਏ ਪੀਸ